ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ। ਅੱਜ ਇਸ ਟਾਈਮ ਘੱਗੇ ਵਿਖੇ ਪਟਿਆਲੇ ਤੋਂ ਡੀਸੀ ਸਾਹਿਬ ਜੋ ਘੱਗੇ ਅੱਜ ਪਹੁੰਚੇ ਨੇ, ਇਹਨਾਂ ਦਾ ਮੇਨ ਮਕਸਦ ਸੀਗਾ ਕਿ ਫਸਲਾਂ ਦੇ ਪ੍ਰਤੀ ਜਾਗਰੂਕ ਕਰਨਾ ਕਿ ਜੋ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਉਹਦੇ ਰੋਕ ਪਾਈ ਜਾਵੇ। ਇਸ ਮਸਲੇ 'ਤੇ, ਇਸ ਵਿਸ਼ੇ 'ਤੇ ਇਹ ਪਿੰਡ ਦੇ ਜਥੇਬੰਦੀਆਂ ਨਾਲ ਇਹ ਗੱਲਬਾਤ ਕਰਨ ਆਏ ਸੀਗੇ, ਜੋ ਕਾਫੀ ਪ੍ਰਸ਼ਾਸਨ ਉਹ ਵੀ ਇੱਥੇ ਮੌਜੂਦ ਨੇ, ਕਿਸਾਨਾਂ ਦੀ ਜਥੇਬੰਦੀਆਂ ਨੇ ਉਹ ਵੀ ਇੱਥੇ ਮੌਜੂਦ ਨੇ। ਖੇਤੀਬਾੜੀ ਬਾਗਬਾਨੀ ਵਾਲਾ ਵਿਭਾਗ ਦਾ ਅਫਸਰ ਹੈ, ਉਹ ਕਹਿੰਦਾ ਜੀ ਇੱਥੇ ਆ ਜਾਓ। ਬਾਬਾ ਜੀ ਦੇਖੋ, ਐਵੇਂ ਕੈਲਕੂਲੇਸ਼ਨ ਨਹੀਂ ਹੁੰਦੀ ਆ। ਜੇ ਆਪਾਂ ਇਹ ਕਹੀਏ ਕਿ 70 ਰੁਪਇਆ ਕਿਲੋ ਕੇ ਹਿਸਾਬ ਸੇ ਮਿਲਤਾ ਹੈ, ਤੋ ਮਿਲਾ ਕੇ ਟੋਟਲ ਹੋ ਗਿਆ 70 ਦਾ, ਪਲਸ ਜੇ ਉਹ ਤੋਂ ਲੇਬਰ ਦਾ ਮੈਂ 10 ਹਜ਼ਾਰ ਦੇ ਦੇਣਾ, ਐਵੇਂ ਨਹੀਂ ਹੁੰਦਾ ਨਾ, ਕਿਉਂਕਿ ਕੰਪਨੀ ਦਾ ਟੈਕਸ ਵੀ ਦੇਣਾ ਹੁੰਦਾ ਹੈ, ਉਹਨਾਂ ਦੇ ਐਮਪਲਾਈਜ਼ ਨੇ, ਉਹਨਾਂ ਦਾ ਪ੍ਰੋਫਿਟ ਵੀ ਹੈ। ਐਵੇਂ ਤਾਂ ਫਿਰ ਆਪਾਂ ਬਿਸਕਿਟ ਦਾ ਵੀ ਨਹੀਂ ਕਹੀਏ ਕਿ ਜੇ 3 ਰੁਪਏ ਕਿਲੋ, 20 ਰੁਪਏ ਕਿਲੋ ਇਹਨਾਂ ਨੇ ਇਹ ਲਿਆ ਆਟਾ, ਉਸ ਤੋਂ ਬਣ ਗਿਆ ਟੋਟਲ ਮਿਲਾ ਕੇ, ਫਿਰ ਪਾਰਲੇ ਜੀ ਦਾ ਬਿਸਕਿਟ ਹੈ ਉਹ 1.5 ਰੁਪਏ ਦਾ ਬਣਦਾ ਹੈ, ਮੈਨੂੰ 5 ਰੁਪਏ ਕਿਉਂ ਦੇ ਰਹੇ ਹੋ? ਮੈਂ ਇਸ ਤੋਂ ਪਹਿਲਾਂ ਇੱਕ ਹੋਰ ਪਿੰਡ ਗਿਆ ਸੀਗਾ, ਉੱਥੇ ਵੀ ਮੈਂ ਇਹੀ ਕਿਹਾ, ਇੱਥੇ ਵੀ ਮੈਂ ਇਹੀ ਕਹਿ ਰਿਹਾ ਕਿ ਮੈਂ ਪਿਛਲੇ ਸਾਲ ਵੀ ਕਈ ਸਾਰੇ ਪਿੰਡਾਂ ਵਿੱਚ ਗਿਆ ਆਲਮੋਸਟ, ਕਿਉਂਕਿ ਡੇਲੀ ਆਪਾਂ ਖੇਤਾਂ ਵਿੱਚ ਹੀ ਹੁੰਦੇ ਸੀਗੇ। ਇਸ ਵਾਰ ਵੀ ਜਦੋਂ ਮੈਂ ਪਟਿਆਲਾ ਆਇਆ ਤਾਂ ਮੈਂ ਪਟਿਆਲਾ ਜੀ ਦੀ ਲਗਭਗ 4-5 ਪਿੰਡਾਂ ਦਾ ਦੌਰਾ ਕਰ ਚੁੱਕਿਆ, ਡੀਸੀ ਸਿਰਫ ਫਸਲਾਂ ਦੇ ਵਾਸਤੇ ਨਹੀਂ, ਜਿੱਥੇ ਵੀ ਅੱਜ ਦੂਜਾ ਪਿੰਡ ਹੈ, ਅਤੇ ਜਿੱਥੇ ਮੈਂ ਉੱਥੇ ਗਿਆ ਸੀਗਾ ਉੱਥੇ ਆਪਾਂ ਖੇਤਾਂ ਵਿੱਚ ਗਏ ਅਤੇ ਦੋਨੋਂ ਤਰ੍ਹਾਂ ਦੇ ਖੇਤ ਆਪਾਂ ਵੇਖੇ। ਉਹਦੇ ਵਿੱਚ ਕੀ ਹੈਗਾ ਕਿ ਆਪਾਂ ਸਰਵੇ ਸੀਡਰ ਪਿਛਲੇ ਸਾਲ ਇਸਤੇਮਾਲ ਕੀਤਾ ਸੀ। ਸਰਵੇ ਸੀਡਰ ਤੁਹਾਨੂੰ ਪਤਾ ਹੈ, ਉਹਦੇ ਵਿੱਚੋਂ ਜਾ ਕੇ ਹੀ ਉੱਥੇ ਹੀ ਸਰਫੇਸ ਤੇ ਪਾ ਦਿੰਦਾ ਹੈ, ਪਰ ਇਕੁਅਲੀ ਡਿਸਟ੍ਰੀਬਿਊਟ ਅੰਦਰ ਨਹੀਂ ਪਾਉਂਦਾ, ਬਿਲਕੁਲ ਉੱਪਰ ਹੀ ਇੱਕ ਦਾਣਾ ਛੱਡ ਦਿੰਦਾ ਹੈ ਸਰਫੇਸ ਤੇ, ਇਕੁਅਲ ਡਿਸਟੈਂਸ ਤੇ ਪਾਉਂਦਾ। ਕਿਉਂਕਿ ਜੇ ਆਪਾਂ ਐਵੇਂ ਕਰੀਏ ਕਿ ਫਸਲ ਬੀਜ ਦੀਏ ਜਾਂ ਫਿਰ ਦੂਜੇ ਕੋਈ ਤਰੀਕਾ, ਤਾਂ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਇੱਕ ਥਾਂ 'ਤੇ ਜ਼ਿਆਦਾ ਦਾਣੇ ਪੈ ਗਏ, ਦੂਜੇ ਥਾਂ 'ਤੇ ਪਏ ਨਹੀਂ, ਤਾਂ ਇਸ ਕਰਕੇ ਫਿਰ ਡਿਸਟ੍ਰੀਬਿਊਸ਼ਨ ਘੱਟ ਹੋ ਜਾਂਦੀ। ਬਟ ਇਹ ਸਰਵੇ ਸੀਡਰ ਦਾ ਆਪਾਂ ਇਸਤੇਮਾਲ ਕੀਤਾ ਅਤੇ ਫਿਰ ਆਪਾਂ ਉਹਨਾਂ ਕਿਸਾਨਾਂ ਦੇ ਵੱਲ ਗਏ ਕਿ ਹੁਣ ਦੱਸੋ ਕਿ ਇਹਦਾ ਕੀ ਫਾਇਦਾ ਹੋਇਆ। ਉਹਦੇ ਵੀ ਸਾਨੂੰ ਦੋਨੋਂ ਤਰ੍ਹਾਂ ਕਰ ਮਿਲੇ, ਇੱਕ ਇਹ ਜਿਹੜਾ ਸਰਵੇ ਸੀਡਰ ਹੈ ਇਹਦੇ ਵਿੱਚ ਸਾਨੂੰ ਇੱਕੋ ਜਿਹਾ ਜਿਹੜਾ ਫੀਲ ਹੈ ਉਹਦੇ ਵਿੱਚ ਗਰੋਥ ਨਹੀਂ ਹੋਈ, ਫਸਲ ਜਿਹੜੀ ਹੈਗੀ ਹੈ ਇੱਕੋ ਜਿਹੀ ਨਹੀਂ ਸੀ, ਕਿਸੇ ਥਾਂ 'ਤੇ ਜ਼ਿਆਦਾ ਕਿਸੇ ਥਾਂ 'ਤੇ ਘੱਟ, ਪਰ ਕੁਝ ਆਪਾਂ ਇਹੋ ਜਿਹੀ ਵੀ ਦੇਖੀਏ ਜਿੱਥੇ ਸੇਮ ਸੀ। ਫਿਰ ਉਹਨਾਂ ਨੂੰ ਪੁੱਛਿਆ ਤਾਂ ਫਿਰ ਪਤਾ ਲੱਗਾ ਕਿ ਜਿਹੜਾ ਸਰਵੇ ਸੀਡਰ ਉਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਟੈਕਨੀਕਲੀ ਸਹੀ ਨਹੀਂ ਸੀਗਾ, ਉਹਦੀ ਜਿਹੜੇ ਦੰਦ ਬਣਨੇ ਸੀਗੇ ਬਾਕੀ ਸਾਰਾ ਉਹਦੇ ਵਿੱਚ ਪ੍ਰੋਬਲਮ ਸੀ, ਜਿਸ ਕਰਕੇ ਉਹਨਾਂ ਦਾ ਥੋੜ੍ਹਾ ਜਿਹਾ ਨੁਕਸਾਨ ਜਾਂ ਉਹਨਾਂ ਨੇ ਦੁਬਾਰਾ ਬੀਜਣਾ ਪਿਆ। ਪਰ ਜਿਹਨਾਂ ਦਾ ਸਰਵੇ ਸੀਡਰ ਸਹੀ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹਨਾਂ ਦੀ ਫਸਲ ਵੀ ਚੰਗੀ ਹੋਈ ਅਤੇ ਓਵਰਆਲ ਜਿਹੜਾ ਹੈਗਾ ਉਹਨਾਂ ਨੂੰ ਬੈਨੀਫਿਟ ਹੋਇਆ। ਫਿਰ ਦੂਜੇ ਇਹ ਕਹਿੰਦੇ ਕਿ ਇਹਦੇ ਵਿੱਚ ਫਸਲ ਵੀ ਜਿਹੜਾ ਹੈਗਾ ਸੁੰਡੀ ਲੱਗ ਗਈ ਕੁਛ ਥਾਵਾਂ 'ਤੇ, ਕੁਛ 'ਤੇ ਨਹੀਂ ਲੱਗੀ। ਪਰ ਮੈਂ ਬਠਿੰਡੇ ਵੀ ਸੀਗਾ, ਮੈਂ ਉੱਥੇ ਵੀ ਦੇਖਿਆ
ਕਿ ਜਿੱਥੇ ਆਪਾਂ ਅੱਗ ਵੀ ਕੁਛ ਥਾਂ 'ਤੇ ਲਾਈ ਸੀ ਉੱਥੇ ਵੀ ਸੰਧੀ ਹੋਈ ਸੀ। ਅਤੇ ਇਹਦਾ ਨਹੀਂ ਹੈ ਕਿ ਸਿਰਫ ਉੱਥੇ ਜਿਹੜਾ ਆਪਾਂ ਅੱਗ ਨਹੀਂ ਲਾਈ ਇਸ ਕਰਕੇ ਹੀ ਸੁਣੀ ਹੋਈ, ਜਿੱਥੇ ਅੱਗ ਵੀ ਲਾਈ ਸੀ ਉੱਥੇ ਵੀ ਸੁਣੀ ਹੋਈ। ਅਤੇ ਮਤਲਬ ਸਹਿਮ ਨਹੀਂ ਹੈ, ਆਪਾਂ ਤਾਂ ਸਿਰਫ ਜ਼ਹਿਨ ਦੇ ਹਿਸਾਬ ਨਾਲ ਟੈਕਨੋਲੋਜੀ ਦੇ ਹਿਸਾਬ ਨਾਲ ਗੱਲ ਕਰਦੇ ਹਾਂ। ਹੁਣ ਪ੍ਰੋਬਲਮ ਇਹ ਹੈ ਕਿ ਸੁੰਡੀ ਜਿਹੜਾ ਹੈਗਾ ਉਹ ਤਾਂ ਇਹੀ ਹੈ ਕਿ ਜੇ ਆਪਾਂ ਅਸਲ ਵੱਢ ਦਈਏ ਉਸ ਤੋਂ ਬਾਅਦ ਇਮੀਡੀਏਟਲੀ ਬਗੈਰ ਪੀਣ ਦੀ ਹੋਏ ਮੌਜੂਦ ਥੋੜ੍ਹਾ ਜਿਹਾ ਡਾਟਾ ਰਹਿ ਗਿਆ ਤਾਂ ਉਸਦੇ ਨਾਲ ਹੀ ਇਹੀ ਹੈ, ਉਸਦੇ ਨਾਲ ਹੀ ਜਿਹੜਾ ਹੈਗਾ ਤੁਹਾਡੀ ਸੁੰਡੀ ਪ੍ਰੋਬਲਮ ਆ ਜਾਂਦੀ ਹੈ। ਅਤੇ ਜੇ ਆਪਾਂ ਉਹਦੇ ਇੱਕ ਵਾਰ ਛਿੜਕਾਅ ਕਰ ਲਈਏ ਉਸ ਤੋਂ ਬਾਅਦ ਆਪਣਾ ਕੰਮ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਇਸ ਦੇ ਲਈ ਜਿਹੜਾ ਕੋਈ ਇਸ਼ੂ ਆਉਣਾ ਚਾਹੀਦਾ। ਹੁਣ ਮੇਰੀ ਬੇਨਤੀ ਇਹ ਹੈ ਕਿ ਆਪਾਂ ਇੱਥੇ ਡੈਸਕ ਤਾਂ ਕੀਤਾ ਨਹੀਂ ਹੈ, ਤੁਹਾਨੂੰ ਹਾਲੇ ਮੇਰਾ ਯਕੀਨ ਵੀ ਨਹੀਂ ਆਉਣਾ ਕਿ ਜਿਹੜਾ ਸਾਹਿਬ ਕਹਿ ਰਹੇ ਹੈ ਅਤੇ ਲੋਕ ਅਫਸਰ ਨੇ ਅਫਸਰ ਨੇ ਤਾਂ ਕਹਿਣਾ ਹੀ ਹੈ। ਪਰ ਜਦ ਤੱਕ ਕਿਸਾਨ ਖੁਦ ਸਹਿ ਕੇ ਖੁਦ ਕਰਕੇ ਸਮਝ ਨਹੀਂ ਜਾਂਦਾ ਉਹਨੇ ਉਹ ਗੱਲ ਮੰਨਦੀ ਨਹੀਂ। ਅਤੇ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਆਪਣੇ ਵੱਡੇ ਕਿਸਾਨ ਉਹ ਘੱਟੋ ਘੱਟ ਇੱਕ ਐਕੜ ਦੋ ਏਕ ਬਸ ਇੱਕ ਜਾਂ ਦੋ ਏਕ ਤੁਸੀਂ ਸਰਫੇਸ ਸੀਡ ਇਸ ਵਾਰ ਇਸਤੇਮਾਲ ਕਰੋ। ਇੱਕ ਏਕੜ ਦੋ ਏਕੜ ਤੋਂ ਬਹੁਤ ਜ਼ਿਆਦਾ ਨੇ। ਦੇਖੋ ਇਹ ਮਸਲਾ ਜਿਹੜਾ ਹੈਗਾ ਉਹ ਅੱਜ ਦਾ ਨਹੀਂ ਹੈ, ਮਸਲਾ ਹੈ ਨਵੀਂ ਪੀੜ੍ਹੀ ਦਾ, ਮਸਲਾ ਹੈ ਸਾਡੇ ਸਾਰੀ ਆਗੇ ਦੀ ਦੁਨੀਆ ਦਾ। ਉਹਦੇ ਵਿੱਚ ਖਰਚਾ ਵੀ ਕੁਛ ਨਹੀਂ, ਜਿਵੇਂ ਮੈਂ ਕਿਹਾ ਕਿ ਜਿਹੜਾ ਨੋਰਮਲ ਖਰਚਾ ਤੁਹਾਡਾ ਆਉਂਦਾ ਹੈ ਉਸ ਤੋਂ ਘੱਟ ਖਰਚਾ ਹੈ। ਮਸ਼ੀਨ ਜਿਹੜੀ ਹੈਗੀ ਲੱਖ ਰੁਪਏ ਦੀ ਹੈ ਉਹ ਆਪਾਂ ਪ੍ਰੋਵਾਈਡ ਕਰ ਦੇਵਾਂਗੇ। ਤੁਸੀਂ ਇੱਕ ਏਕੜ ਦੋ ਏਕੜ ਟੋਟਲ ਮਿਲਾ ਕੇ ਪਿੰਡ ਵਿੱਚ 20-30 ਏਕੜ ਉਹ ਮਸ਼ੀਨ ਦੇ ਨਾਲ ਕੋਸ਼ਿਸ਼ ਕਰ ਰਹੇ ਹੋ। ਆਪਾਂ ਤੁਹਾਨੂੰ ਇੱਕ ਬੰਦਾ ਵੀ ਦੇ ਦੇਣੇ ਆ ਤੁਹਾਨੂੰ ਟੈਕਨੀਕਲੀ ਸਮਝਾ ਵੀ ਦੇਵੇਗਾ ਕਿਵੇਂ ਕਰਨਾ ਹੈ। ਉਹ 20-30 ਏਕੜ ਤੁਸੀਂ ਕਰ ਲਓ ਫਿਰ ਸਾਨੂੰ ਅਗਲੇ ਸਾਲ ਜਿਹੜਾ ਫਸਲ ਕੱਟੂਗੀ ਸਾਨੂੰ ਦੱਸ ਦਿਓ ਕਿ ਇਹ ਚੰਗਾ ਸੀਗਾ ਕਿ ਨਹੀਂ ਸੀਗਾ। ਕਿਉਂਕਿ ਇਹਦੇ ਵਿੱਚ ਕੀ ਹੈਗਾ ਕਿ ਜੇ ਆਪਾਂ ਇਹ ਇਸਤੇਮਾਲ ਕਰ ਲਈਏ ਤੁਹਾਡਾ ਅੱਜ ਦਾ ਖਰਚਾ ਵੀ ਕੱਟ ਦੋ, ਨਵੇਂ ਖਰਚੇ ਦੀ ਤਾਂ ਲੋੜ ਨਹੀਂ ਹੈ। ਅਤੇ ਜੇ ਇਹ ਕਾਮਯਾਬ ਹੋ ਜਾਂਦਾ ਹੈ ਤੁਸੀਂ ਖੁਦ ਹੀ ਅਗਲੇ ਸਾਲ ਕਹਿ ਦਿਓਗੇ ਕਿ ਸਾਨੂੰ ਸਰਫੇਸ ਸੀਡਰੀ ਦੇ ਤੋਂ ਆਪਾਂ ਉਹਦੇ ਨਾਲ ਹੀ ਕਰ ਲੈਣਾ, ਸਾਨੂੰ ਇਕੱਠਾ ਬਣਾਉਣ ਦੀ ਲੋੜ ਨਹੀਂ, ਸਾਨੂੰ ਸੁਪਰ ਸੀਡਰ ਇੰਨਾ ਮਹਿੰਗਾ ਵਿੱਚ ਲੈਣ ਦੀ ਲੋੜ ਨਹੀਂ। ਸਹਿਮਤੀ ਇਸ ਬਾਤ 'ਤੇ ਦੱਸੋ 20-30 ਏਕੜ ਹਰੇਕ ਕਿਸਾਨ ਜੋ ਵੱਡਾ ਕਿਸਾਨ ਹੈ ਇੱਕ ਏਕੜ ਦੋ ਏਕੜ ਜਿਹੜਾ ਵੀ ਤੁਹਾਨੂੰ ਲੱਗਦਾ ਹੋਵੇ ਸਰਫੇਸ ਸੀਡਰ ਦੇ ਨਾਲ ਇਸਤੇਮਾਲ ਕਰੋ। ਸੋਸਾਇਟੀ ਵਿੱਚ ਵੀ ਹੈ ਪਰ ਮੈਨੂੰ ਇੱਕ ਵਾਰ ਚੈੱਕ ਕਰਾਉਣਾ ਹੈ ਕਿ ਉਹ ਸਹੀ ਹੈ ਜਾਂ ਨਹੀਂ। ਸਰਫੇਸ ਸੀਡਰ ਪਿਛਲੇ ਸਾਲ ਆਪਾਂ ਦਿੱਤਾ ਸੀ ਪਰ ਇਹਨਾਂ ਨੇ ਆ ਕੇ ਤੁਹਾਡੇ ਤੱਕ ਪਹੁੰਚਾਇਆ ਨਹੀਂ। ਸੇਮ ਸੇਮ ਫਰਕ ਨਹੀਂ ਆਉਂਦਾ ਜਵਾਬ ਵਿੱਚ, ਉਹੀ ਮੈਂ ਕਹਿ ਰਹਾ ਹਾਂ। ਇੱਕ ਵਾਰ ਤਾਂ ਪਤਾ ਲੱਗ ਜਾਊਗਾ ਨਾ, ਬਹੁਤਾ ਜ਼ਿਆਦਾ ਨੁਕਸਾਨ ਕੁਛ ਹੋਣਾ ਨਹੀਂ। ਇੱਕ ਇੱਕ ਅੱਧੇ ਆਪਾਂ ਕਰੀਏ ਜੇ ਜਾੜ ਥੋੜ੍ਹਾ ਜਿਹਾ ਕੱਢ ਵੀ ਗਿਆ ਪਤਾ ਲੱਗ ਜਾਊਗਾ ਨਾ, ਉਹ ਜਾੜ ਕੱਢੇਗਾ ਲੇਕਿਨ ਇੱਕ ਕੁਇੰਟਲ ਦੋ ਕੁਇੰਟਲ ਆਪਣੀ ਅੱਗੇ ਵਾਲੀ ਪੀੜ੍ਹੀ ਜੇ ਤੁਸੀਂ ਕਹਿੰਦੇ ਹੋ ਕਿ ਜਾੜ ਕੱਢ ਜਾਊਗਾ ਮੈਨੂੰ ਨਹੀਂ ਲੱਗਦਾ ਜਾੜ ਕੱਢੇਗਾ, ਬਟ ਕੱਢ ਵੀ ਜਾਂਦਾ ਇੱਕ ਕੁਇੰਟਲ ਦੋ ਕੁਇੰਟਲ ਦਾ ਫਰਕ ਸਿਰਫ ਇਹ ਟੈਸਟ ਕਰਨ ਦੇ ਵਾਸਤੇ ਅੱਗੇ ਵਾਲੀ ਪੀੜ੍ਹੀ ਦੇ ਲਈ ਕੋਈ ਵੱਡਾ ਨੁਕਸਾਨ ਨਹੀਂ ਹੈ ਨਾ। ਇੱਕ ਵਾਰ ਇਹ ਤੁਸੀਂ ਕੋਸ਼ਿਸ਼ ਕਰ ਲਿਓ ਸਾਨੂੰ 20-25 ਏਕੜ ਤੁਸੀਂ ਲੱਭ ਕੇ ਦਿਓ ਕਿ ਇੱਥੇ